ਜीडीबी ਸੰਗਤੇ ਹੇਮਕੁੰਡ ਸਾਹਿਬ ਜਾ ਰਹੀ ਹੈ ਉਹ ਇਹ ਗੱਲ ਨੂੰ ਜ਼ਰੂਰ ਨੋਟ ਕਰ ਲਵੇ ਇੱਥੇ ਆ ਕੇ ਲਾਸਟ ਟੱਬਾ ਆਉਂਦਾ ਜਿੱਥੇ ਕੀ ਆ ਪੌੜੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਪੌੜੀਆਂ ਬਿਲਕੁਲ ਹੀ ਸਾਫ਼ ਨੇ ਰਸਤੇ ਵਿੱਚ ਤੁਸੀਂ ਬੈਠ ਵੀ ਸਕਦੇ ਹੋ ਸਾਈਡਾਂ ਤੇ ਤੇ ਤਕਰੀਬਨ ਤਕਰੀਬਨ ਇਹ ਪੌੜੀਆਂ 1000 ਤੋਂ 1100 ਪੌੜੀਆਂ ਨੇ ਤੁਸੀਂ ਉਸ ਹਾਸੇ ਰਜਾਇਓ ਤੇ ਆ ਦੂਜਾ ਰਸਤਾ ਇਹ ਆਰਾਮ ਨਾਲ ਗੋਲਗੋਲ ਘੁੰਮ ਕੇ ਜਾਂਦਾ ਆ ਹੁਣ ਤੁਸੀਂ ਡਿਸਾਈਡ ਕਰਨਾ ਹੈ ਵੀ ਤੁਸੀਂ ਪੋੜੀਆਂ ਤੋਂ ਜਾਣਾ ਹੈ ਜਾਂ ਆਰਾਮ ਨਾਲ ਇਹ ਰਸਤੇ ਤੋਂ ਜਾਣਾ ਹੈ ਹਾਂ ਇਹ ਰਸਤਾ ਥੋੜਾ ਜਿਹਾ ਤੁਹਾਨੂੰ ਤਕਰੀਬਨ 15 ਜਾਂ 20 ਮਿੰਟ ਜਾਂ ਅੱਧਾ ਘੰਟਾ ਲੇਟ ਪਹੁੰਚਾ ਸਕਦਾ ਆ ਪਰ ਤੁਸੀਂ ਹੌਲੀ 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 ਪੈਰ ਪਟਦੇ ਜਾਈ ਜਾਓਗੇ ਪੋੜੀਆਂ ਦੇ ਵਿੱਚ ਐਦਾਂ ਹੁੰਦਾ ਹੈ ਤੁਹਾਨੂੰ ਚੱਕਰ ਆ ਜੇ ਤੁਸੀਂ ਪਿੱਛੇ ਦੇਖੋਗੇ ਕੁਝ ਫਰਕ ਪਿਆ ਜਾਂਦਾ ਆ ਪਰ ਤੁਸੀਂ ਦੋਨੋਂ ਰਸਤੇ ਹੀ ਬਰਾਬਰ ਨੇ ਇਸ ਕਰਕੇ ਤੁਸੀਂ ਆਪਣੇ ਵਾਇਗੁਰੂ ਦਾ ਨਾਮ ਜਪਦੇ ਜ਼ਰੂਰ ਜਾਓ